ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਦੇ ਨਾਲ ਇਸ ਵੇਲੇ ਮੈਂ ਤਖ਼ਤ ਪੜੀ ਦੀ ਲਹਿੰਦੇ ਵਾਲੇ ਪਾਸੇ ਹਾਂ, ਜਿੱਥੇ ਇੱਕ ਕਸ ਗੁਜ਼ਰਦੀ ਹੈ, ਨਾਲਾ ਗੁਜ਼ਰਦਾ ਹੈ। ਮੈਂ ਅੱਜ ਇਸ ਤਰ੍ਹਾਂ ਦੀ ਪਹਿਲੀ ਵੀਡੀਓ ਦਿਖਾ ਰਿਹਾ ਹਾਂ ਔਰ ਮੈਨੂੰ ਇਸ ਤੋਂ ਪਹਿਲੇ ਮੇਰੇ ਤੋਂ ਪਹਿਲੇ ਇੱਥੇ ਕੋਈ ਨਹੀਂ ਆਇਆ। ਇਹ ਦੇਖੋ, ਇਹ ਸਟੈਪਸ ਨੇ, ਫੁੱਟ ਆਪਣਾ ਪੱਥਰਾਂ ਦੇ ਸਟੈਪਸ ਬਣੇ ਹੋਏ ਨੇ। ਇਹ ਪੱਥਰ ਲੱਗਾ ਹੋਇਆ ਬਕਾਇਦਾ, ਹੱਥ ਦਾ ਘੜਿਆ ਹੋਇਆ ਪੱਥਰ ਲੱਗਾ। ਇੱਥੇ ਜਿਹੜੀ ਮੈਨੂੰ ਖਬਰ ਮਿਲੀ ਹੈ, ਇਹ ਬੜੀ ਅਜੀਬੋ ਗਰੀਬ ਕਿਸਮ ਦੀ ਖਬਰ ਹੈ, ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ। ਮੇਰੇ ਸਫ਼ਰ ਦੇ 'ਚ ਅੱਜ ਮੇਰੇ ਨਾਲ ਹੈ ਮਿਰਜ਼ਾ ਸਾਹਿਬ ਵੀ ਆਏ ਹੋਏ ਨੇ, ਠੀਕ ਹੈ ਜੀ। ਮਿਰਜ਼ਾ ਸਾਹਿਬ ਆਪਣੇ ਗਰੁੱਪ ਦੇ ਐਡਮਿਨ ਵੀ ਨੇ, ਪਿਆਰਾ ਨਨਕਾਣਾ ਸਾਹਿਬ ਦੇ, ਔਰ ਨਾਲ ਸੇਵ ਹਿਸਟੋਰੀਕਲ ਪਲੇਸਿਸ ਆਫ ਦਾ ਪਾਕਿਸਤਾਨ, ਸੇਵ ਹੈਰੀਟੇਜ ਆਫ ਦੀ ਪਾਕਿਸਤਾਨ, ਔਰ ਸੇਵ ਦਾ ਗੁਰਦੁਆਰਾ ਐਂਡ ਟੈਂਪਲ ਆਫ ਪਾਕਿਸਤਾਨ, ਅਤੇ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਜਨਾਬ, ਇਹ ਜਿਹੜੀਆਂ ਨੇ ਕੋਈ ਨਜ਼ਰ ਆ ਰਿਹਾ ਤੁਹਾਨੂੰ, ਪੱਥਰ ਹੈ, ਖਾਲੀ ਪੱਥਰ ਨਹੀਂ ਹੈ, ਇਹ ਬਕਾਇਦਾ ਤੌਰ 'ਤੇ ਗਾਰਾਂ ਸਨ। ਇਹ ਗੁਫਾ ਨੇ, ਪਿੰਡ ਦੇ ਲੋਕ ਇਹਨੂੰ ਗੁਫਾ ਦੱਸਦੇ ਨੇ ਕਿ 47 ਤੋਂ ਪਹਿਲੇ ਇੱਥੇ ਅਜੀਬੋ ਗਰੀਬ, ਜਿਹੜੀ ਕਦੀ ਤੁਸੀਂ ਸੁਣੀ ਨਹੀਂ ਹੋਏਗੀ, ਸਿੱਖ ਸੰਗਤ ਦੇ ਜਿਹੜੇ ਸਾਧੂ ਸਨ, ਸਿੱਖ ਸਾਧੂ, ਉਹ ਇੱਥੇ ਆ ਕੇ ਵਸੇ ਸਨ ਔਰ ਇਹਨਾਂ ਨੇ ਇਹ ਘਰ ਬਣਾਏ ਸਨ ਇਹਨਾਂ ਦੇ ਅੰਦਰ, ਔਰ ਸ਼ਹਿਰ ਵਾਲੇ ਪਾਸੇ ਜਾਂ ਪਿੰਡ ਵਾਲੇ ਪਾਸੇ ਨਹੀਂ ਸੀ ਜਾਂਦੇ, ਲੋਕ ਇਹਨਾਂ ਕੋਲ ਖੁਦ ਚੱਲ ਕੇ ਆਉਂਦੇ ਸੀ। ਕੁਝ ਕੁਝ ਹੈ ਨੇ, ਕੁਝ ਬੰਦ ਹੋ ਗਏ ਨੇ ਇਹ ਲੈਂਡ ਸਲਾਈਡਿੰਗ ਦੀ ਵਜ੍ਹਾ ਨਾਲ। ਇਹ ਦੇਖੋ, ਪ੍ਰੋਪਰ ਰਸਤੇ ਜਾ ਰਹੇ ਨੇ ਇਹਨਾਂ ਦੇ ਅੰਦਰ, ਠੀਕ ਹੈ ਜੀ। ਇਹ ਜੀ, ਇਹ ਤੱਕੋ, ਇਹ ਰਸਤਾ ਸੀ, ਇਹ ਲੈਂਡ ਸਲਾਈਡਿੰਗ ਦੀ ਵਜ੍ਹਾ ਨਾਲ ਇਹ ਰਸਤਾ ਬੰਦ ਹੋ ਗਿਆ। ਉਹਨਾਂ ਨੇ ਕਿਹਾ ਜੀ, ਇੱਥੇ ਬਸੰਤੀ ਚੋਲੇ, ਖੱਟੇ ਰੰਗ ਦੇ ਚੋਲੇ ਪਾ ਕੇ ਇੱਥੇ 5-7 ਸਾਧੂ ਰਹਿੰਦੇ ਸਨ, ਠੀਕ ਹੈ ਜੀ। ਔਰ ਲੋਕ ਇੱਥੇ ਉਹਨਾਂ ਕੋਲ ਆਉਂਦੇ ਸਨ ਇਹਨਾਂ ਦੀ ਸੇਵਾ ਕਰਨ ਵਾਸਤੇ। ਇਹ ਦੇਖੋ, ਇਹ ਨਾਲ ਨਾਲ ਕੁਦਰਤੀ ਤੌਰ 'ਤੇ ਪਾਣੀ ਦਾ ਪ੍ਰਬੰਧ ਹੈ, ਅੱਜ ਤੱਕ ਇਹ ਪਾਣੀ ਚੱਲ ਰਿਹਾ, ਇਹ ਕਸ ਚੱਲ ਰਹੀ ਹੈ, ਇਹ ਪਾਣੀ ਚੱਲ ਰਿਹਾ। ਇਹ ਦੇਖੋ, ਇਹ ਗੁਫਾ ਦੇ 4-5 ਰਸਤੇ ਸਨ, ਆਓ ਤੁਹਾਨੂੰ ਮੈਂ ਦਿਖਾਵਾਂ। ਇਹ ਖਾਲੀ ਸਿੱਖ ਪੰਥ ਦੇ ਲੋਕ ਇੱਥੇ ਆ ਕੇ ਨਹੀਂ ਆਬਾਦ ਹੋਏ, ਉਸ ਤੋਂ ਪਹਿਲੇ ਵੀ ਲੋਕ ਸਨ। ਇਹ ਦੇਖੋ, ਇਹ ਫੋਸਲਸ ਦੇਖੋ ਤੁਸੀਂ, ਆਖਰ ਸਿੱਖ ਪੰਥ ਦੇ ਲੋਕਾਂ ਨੇ ਇਸ ਜਗ੍ਹਾ ਨੂੰ ਹੀ ਕਿਉਂ ਆ ਕੇ ਆਬਾਦ ਕੀਤਾ, ਇਸ ਜਗ੍ਹਾ 'ਤੇ ਰਹਿਣਾ ਕਿਉਂ ਪਸੰਦ ਕੀਤਾ? ਪਤਾ ਚੱਲਿਆ ਹੈ ਕਿ ਇੱਥੋਂ ਹਜ਼ਾਰਾਂ ਸਾਲ ਪਹਿਲੇ ਵੀ ਲੋਕ ਇੱਥੇ ਮੌਜੂਦ ਸਨ। ਇਹ ਦੇਖੋ ਤੁਸੀਂ ਫੋਸਲਸ ਦੇਖੋ, ਇਹ ਜ਼ਿੰਦਗੀ ਦੇ ਨਿਸ਼ਾਨ ਦੱਸ ਰਹੇ ਨੇ। ਇਹ ਦੇਖੋ, ਇਹ ਕਿਲ ਲੱਗਾ ਹੋਇਆ, ਮੇਖ ਲੱਗੀ ਹੋਈ ਹੈ ਅੱਗੇ ਪਰਦਾ ਲਾਉਣ ਵਾਸਤੇ, ਔਰ ਇਹ ਸਭ 47 ਤੋਂ ਪਹਿਲੇ ਦੇ ਸਾਰੇ ਵਾਕਿਆਤ ਨੇ। ਅੱਗੇ ਆਓ, ਤੁਹਾਨੂੰ ਮੈਂ ਲੈ ਚੱਲਾਂ। ਇਹਦੇ ਉੱਤੇ ਇੱਕ ਬਕਾਇਦਾ ਤੌਰ 'ਤੇ ਸਥਾਨ ਸੀ। ਯਾਦ ਰਹੇ ਕਿ ਇਹ ਖਿੱਤਾ ਪਠਵਾਰ ਜਿਹੜਾ ਦੁਨੀਆ ਦਾ ਸਭ ਤੋਂ ਪੁਰਾਣਾ ਇਲਾਕਾ ਮੰਨਿਆ ਗਿਆ, ਜਿਹਦੇ 'ਚ 50,000 ਸਾਲ ਪਹਿਲੇ ਇਨਸਾਨ ਦਾ ਹੋਮੋਸੈਪੀਅਮ ਜਿਹੜਾ, ਉਹਦਾ ਪਹਿਲਾ ਸ਼ੈੱਲ ਔਰ ਉਹਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਸਾਰੀਆਂ ਇੱਥੇ ਬੈਰੀਆ 6 ਦੇ ਕੋਲ ਨਿਕਲੀਆਂ ਨੇ। ਇਹ ਨਾਲ ਮੇਰੇ ਕੋਲ ਬੈਰੀਆ 6-7 ਹੈ, ਇਸ 'ਤੇ ਮੈਂ ਇੱਥੇ ਬੈਕ ਸਾਈਡ 'ਤੇ ਹਾਂ ਇਸ ਵੇਲੇ। ਇਹ ਤੁਸੀਂ ਦੇਖੋ, ਐਨਸ਼ੈਂਟ ਪੱਥਰ, ਘੜ ਕੇ ਪੱਥਰ ਜਿਹੜਾ ਤੈਅ ਬਤੈਅ ਲੱਗਾ ਹੋਇਆ, ਆਹ ਉੱਤੇ ਲੈ ਚੱਲਣਾ ਵਾਂ। ਇੱਕ ਬਜ਼ੁਰਗ ਨੇ, ਉਹਨਾਂ ਨੇ ਦੱਸਿਆ ਕਿ ਇੱਥੇ ਸਾਧੂ ਜਿਹੜੇ ਸਨ, ਸਿੱਖ ਜ਼ਿਆਦਾ ਜਾਂਦੇ ਸਨ ਇਹਨਾਂ ਕੋਲ, ਇਹ ਉਹ ਵਾਲੇ। ਇਹ ਦੇਖੋ, ਇਹ ਗੁਫਾ ਬੈਠੀ ਹੈ, ਇਹ ਦੇਖੋ ਤੁਸੀਂ, ਪਾਣੀ ਪੀਣ ਵਾਸਤੇ ਔਰ ਇਸ਼ਨਾਨ ਵਾਸਤੇ ਇਹ ਪ੍ਰਬੰਧ ਜਿਹੜਾ ਸਦੀਆਂ ਤੋਂ ਇੱਥੇ ਚੱਲਿਆ ਆ ਰਿਹਾ ਨੈਚੁਰਲੀ। ਇਹ ਦੁਨੀ ਚੰਦ ਦਾ ਇਲਾਕਾ ਸੀ, ਇਹ ਦੇਖੋ ਤੁਸੀਂ, ਸ਼ਾਇਦ ਕੁਛ ਲੋਕ ਮੇਰੀ ਗੱਲ ਨੂੰ ਨਾ, ਇਹ ਅੰਦਰ ਜਾ ਰਿਹਾ, ਇੱਥੋਂ ਵੀ ਜਗ੍ਹਾ ਬੈਠੀ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਜਗ੍ਹਾ ਦਿਖਾਉਂਦਾ ਵਾਂ ਕਿ ਗੁਫਾ ਜਿਹੜੀ ਹੈ, ਇਹ ਦੇਖੋ, ਇਹ ਪੂਰਾ ਪੱਥਰ ਟੁੱਟ ਗਿਆ, ਇਹ ਜਾ ਰਿਹਾ ਰਸਤਾ ਗੁਫਾ ਦਾ, ਇੱਥੋਂ ਬੈਠਾ। ਉਸ ਤੋਂ ਬਾਅਦ
ਗਾਰ ਜਿਹੜੀ ਹੈ ਜਿੱਥੇ ਸਾਧੂ ਸੰਗਤ ਬੈਠਦੀ ਸੀ ਉਹ ਐਵ ਹੈ। ਉਦਾਸੀ ਪੰਥ ਦੇ ਜਿਹੜੇ ਲੋਕ ਸਨ ਸ਼ਹਿਰ ਬਦਰ ਹੋ ਕੇ, ਇਹ ਮੈਂ ਥੱਲੋਂ ਹੀ ਤੁਹਾਨੂੰ ਦਿਖਾ ਕੇ ਲਿਆਇਆ, ਔਰ ਇਹ ਦੇਖੋ ਤੁਸੀਂ ਮੇਰਾ ਸਾਹਿਬ ਇਧਰਾ ਥੋੜ੍ਹਾ ਜਿਹਾ ਨਾ ਕੱਚਾ ਹੋਇਆ ਕੰਮ, ਬਿਲਕੁਲ ਹਾਂ। ਇਧਰਾ ਦਿਖਾਓ ਮਿਰਜ਼ਾ ਸਾਹਿਬ ਮੇਰੇ ਨਾਲ ਨੇ, ਇਹ ਦੇਖੋ ਤੁਸੀਂ, ਇਹ ਉਹ ਗਾਰ ਹੈ ਪੂਰਾ ਜਿੱਥੇ ਹਜ਼ਾਰਾਂ ਸਾਲ ਤੋਂ ਲੋਕ ਲੈਂਦੇ ਆ ਰਹਿੰਦੇ ਆ ਰਹੇ ਸੀ। ਉਸ ਤੋਂ ਬਾਅਦ ਆ ਕੇ ਜਿਹੜਾ ਸਿੱਖ ਪੰਥ ਦੇ ਉਦਾਸੀ ਪੰਥ ਦੇ ਲੋਕ ਜਿਹੜੇ ਨੇ ਜੋਗੀ ਲੋਕ ਨੇ ਉਹ ਇੱਥੇ ਆ ਕੇ ਰਹਿ ਰਹੇ ਸੀ, ਔਰ ਲੋਕ ਉਹਨਾਂ ਦੀ ਖਿਦਮਤ ਕਰਨ ਵਾਸਤੇ ਇੱਥੇ ਆਉਂਦੇ ਸੀ, ਔਰ ਉਹ ਇੱਥੋਂ ਨਹੀਂ ਬਾਹਰ ਨਹੀਂ ਸੀ ਨਿਕਲਦੇ, ਉਹ ਜਾਂਦੇ ਨਹੀਂ ਸੀ, ਲੋਕ ਉਹਨਾਂ ਕੋਲ ਆਉਂਦੇ ਸਨ। ਇਹ ਉਹ ਜਗ੍ਹਾ ਖਿੱਤਾ ਪਠਵਾਰ ਦਾ ਪੀਸਫੁੱਲ ਏਰੀਆ ਜਿਸਨੂੰ ਕਿ ਤਖ਼ਤ ਪੜੀ ਕਿਹਾ ਜਾਂਦਾ, ਕੁਛ ਲੋਕ ਤਖ਼ਤ ਪਰੀ ਕਹਿੰਦੇ ਨੇ, ਕੁਛ ਤਾਖਤ ਪਰੀ ਕਹਿੰਦੇ ਨੇ, ਔਰ ਕੁਛ ਲੋਕ ਇਹਨੂੰ ਤਖ਼ਤ ਪਰੀ ਹੀ ਕਹਿੰਦੇ ਨੇ। ਇਹ ਦੇਖੋ ਤੁਸੀਂ ਕੁਝ ਪੁਰਾਣੇ ਲੋਕ ਜਿਹੜੇ ਨੇ ਉਹ ਇਸ ਗੱਲ ਨੂੰ ਜ਼ਰੂਰ ਜਾਣਦੇ ਹੋਣਗੇ, ਇਹ ਅੱਗੇ ਵਿਲੇਜ ਹੈ, ਤਖ਼ਤ ਪਰੀ ਹੈ, ਕਦੀ ਇੱਥੇ ਆਬਾਦ ਹੁੰਦਾ ਸੀ। ਸੁਣਿਆ ਕਿ ਇੱਥੇ ਤਾਊਨ ਦੀ ਬਿਮਾਰੀ ਜਿਹੜੀ ਹੈ 1901 ਜਾਂ 1905 ਵਿੱਚ ਆਈ ਸੀ, ਅਤੇ ਇੱਥੇ ਦੀ ਤਮਾਮ ਆਬਾਦੀ ਖਤਮ ਹੋ ਗਈ। ਇਹ ਜਿਹੜਾ ਸਾਹਮਣੇ ਟਿੱਲਾ ਨਜ਼ਰ ਆ ਰਿਹਾ, ਇਹ ਜਿੱਥੇ ਇਹ ਲੋਕ ਬੈਠੇ ਨੇ, ਇੱਥੇ ਕਦੀ ਮਸਜਿਦ ਹੁੰਦੀ ਸੀ, ਇਸ ਜਗ੍ਹਾ 'ਤੇ ਵੀ ਮਸਜਿਦ ਸੀ, ਅਬੇਰੀ ਦੇ ਕੋਲ ਵੀ ਮਸਜਿਦ ਸੀ, ਔਰ ਫਿਰ ਇਸ ਜਗ੍ਹਾ ਦੇ ਉੱਤੇ ਵੀ ਮਸਜਿਦ ਸੀ। ਅੱਜ ਤੁਸੀਂ ਦੇਖ ਲਓ ਸਿਰਫ ਖੇਤ ਨੇ, ਇੱਥੇ ਜਿਹੜਾ ਸੀ ਸਾਧੂ ਸਿੰਗਤ ਸੰਗਤ ਜਿਹੜੀ ਸੀ ਉਹਨਾਂ ਦਾ ਸਥਾਨ ਸੀ, ਇਹਦੇ ਅੰਦਰ 5 ਤੋਂ 6 ਸਾਧੂ ਰਹਿੰਦੇ ਸਨ। ਆਓ ਮੈਂ ਤੁਹਾਨੂੰ ਦੱਸਣਾ ਵਾਂ ਕਿ ਇੱਥੇ ਬਕਾਇਦਾ ਇੱਕ ਟੈਂਪਲ ਦੀ ਸ਼ੇਪ ਬਣੀ ਹੋਈ ਸੀ, ਔਰ ਉੱਥੇ ਲੋਕ ਜਿਹੜੇ ਨੇ ਆਉਂਦੇ ਸਨ ਸਾਧੂ ਸੰਗਤ ਕੋਲ, ਉਹ ਸ਼ਾਮ ਦੇ ਟਾਈਮ ਜਿਹੜਾ ਸਾਧੂ ਸੰਗਤ ਜਿਹੜੀ ਹੈ ਇੱਥੋਂ ਉੱਠ ਕੇ ਵਾਪਸ ਗਾਰਾਂ ਦੇ ਅੰਦਰ ਚਲੀ ਜਾਂਦੀ ਸੀ, ਗੁਫਾ ਦੇ ਅੰਦਰ ਚਲੀ ਜਾਂਦੀ ਸੀ। ਇਹ ਉਹ ਸਥਾਨ ਹੈ, ਇਹ ਉਹ ਜਗ੍ਹਾ ਹੈ ਜਿੱਥੇ ਸਿੱਖ ਸਾਧੂ ਬੈਠਦੇ ਸਨ। ਇਹ ਦੇਖੋ ਇਹ ਪੱਥਰ ਲੱਗਾ, ਪੂਰੀ ਦੀਵਾਰ ਸੀ, ਇਹ ਦੇਖੋ ਇਹ ਪੱਥਰ ਹਲੇ ਵੀ ਚੱਲ ਰਿਹਾ ਨਾਲ ਨਾਲ ਨਜ਼ਰ ਆ ਰਿਹਾ, ਪਾਣੀ ਦੀ ਰੋਡ ਦੀ ਵਜ੍ਹਾ ਨਾਲ ਕਾਫੀ ਚੀਜ਼ਾਂ ਥੱਲੇ ਡਿੱਗ ਗਈਆਂ, ਔਰ ਪੱਥਰ ਔਰ ਟਾਈਲਾਂ ਜਿਹੜੀਆਂ ਸਨ ਉਹ ਲੋਕ, ਇਹ ਦੇਖੋ ਇਹ ਛੋਟੀ ਇੱਟ ਮੁਗਲਈ ਇੱਟ ਦਾ ਹਲੇ ਵੀ ਕੰਮ ਬਾਕੀ ਹੈ। ਇਹ ਦੇਖੋ ਪੱਥਰ, ਇਹ ਹਲੇ ਵੀ ਬੁਨਿਆਦਾਂ ਜਿਹੜੀਆਂ ਨੇ ਉਸ ਟੈਂਪਲ ਦੀਆਂ। ਇਹ ਦੇਖੋ ਰਾਊਂਡ ਅਬਾਊਟ ਤੁਸੀਂ ਦੇਖੋ ਇਹ ਬਣਿਆ ਹੋਇਆ, ਇੱਥੇ ਸੰਗਤ ਬੈਠਦੀ ਸੀ, ਸਿੱਖ ਸੰਗਤ ਆ ਕੇ ਬੈਠਦੀ ਸੀ। ਔਰ ਇਹ ਵੇਖੋ ਤੁਸੀਂ ਦੂਰ 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 ਤੱਕ, ਮਿਰਜ਼ਾ ਸਾਹਿਬ ਕੁਛ ਦਿਖਾਉਣਾ ਚਾਹ ਰਹੇ ਨੇ, ਹਾਂ ਵਾਓ, ਮਿਰਜ਼ਾ ਸਾਹਿਬ ਨੇ ਕੁਛ ਤਲਾਸ਼ ਕੀਤਾ ਜੀ, ਫੋਸਲਸ ਹੈ ਪੱਤਾ ਪੂਰਾ, ਦੇਖੋ ਵਾਹ ਵਾਹ ਵਾਹ, ਉਹਦੇ ਰਗਾਂ ਨਜ਼ਰ ਆ ਰਹੀਆਂ ਬਕਾਇਦਾ ਪੱਥਰ ਦੇ ਅੰਦਰ, ਠੀਕ ਹੈ, ਗੁੱਡ। ਫੋਸਲਸ ਦਾ ਮੈਂ ਪਹਿਲੇ ਵੀ ਥੱਲੇ ਵੀ ਜ਼ਿਕਰ ਕਰਕੇ ਆਇਆ ਵਾਂ ਕਿ ਇੱਥੇ ਬਹੁਤ ਜ਼ਿਆਦਾ ਸਾਰੇ ਫੋਸਲਸ ਨੇ, ਇਬਤਦਾਈ ਜ਼ਿੰਦਗੀ ਦੇ ਜਿਹੜੇ ਆਸਾਰ ਸਨ। ਸਾਡੀ ਆਰਕਿਓਲੋਜੀ ਡਿਪਾਰਟਮੈਂਟ ਇਹਦੇ 'ਤੇ ਵਰਕ ਕਰ ਰਹੀ ਹੈ, ਇੱਥੋਂ ਇੱਕ ਬੜੀ ਪਿਆਰੀ ਚੀਜ਼ ਨਿਕਲੀ ਹੈ ਐਸੀ ਏਰੀਏ ਦੇ ਵਿੱਚੋਂ, 50,000 ਸਾਲ ਪੁਰਾਣਾ ਇਨਸਾਨ ਜਦੋਂ ਪੱਥਰ ਦੀ ਆਰੀ ਔਰ ਪੱਥਰ ਦਾ ਹਥੌੜਾ ਇਸਤੇਮਾਲ ਕਰਦਾ ਸੀ ਉਹ ਇਹੀ ਜਗ੍ਹਾ ਨੇ। ਮੈਨੂੰ ਅਫਸੋਸ ਹੈ ਕਿ ਮੈਂ ਕੁਝ ਦਿਨ ਲੇਟ ਹੋ ਗਿਆ, ਹਾਲੀਆ ਬਾਰਿਸ਼ਾਂ ਦੇ ਵਿੱਚ ਇਹ ਜਿਹੜੀ ਗੁਫਾ ਉਹ ਗਿਰ ਗਈ ਹੈ, ਉਹਦੇ ਨਿਸ਼ਾਨਾਤ ਖਤਮ ਹੋ ਗਏ ਨੇ, ਲੇਕਿਨ ਫਿਰ ਵੀ ਉਹਦੇ ਅੰਦਰ ਜਾਂਦੇ ਹੋਏ ਰਸਤੇ ਜਿਹੜੇ ਨੇ ਉਹ ਲੋਕਾਂ ਨੇ ਇਸ ਕਰਕੇ ਬੰਦ ਕਰ ਦਿੱਤੇ ਨੇ ਕਿਉਂਕਿ ਡਿੱਗਣ ਵਾਲੀ ਹੈ, ਇਹਦੇ ਰਸਤਿਆਂ ਨੂੰ ਬੰਦ ਕੀਤਾ ਗਿਆ। ਖੁਦ ਨਾਲ ਨਾਲ ਫੈਲਿਆ ਪਿੰਡ ਤਖ਼ਤ ਪੜੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਹੈਰੀਟੇਜ ਆਫ ਪਾਕਿਸਤਾਨ, ਇਹ ਹੈ ਮੇਰਾ ਪਾਕਿਸਤਾਨ। ਅੱਜ ਦੀ ਸ਼ਾਮ ਪਿੰਡ ਤਖ਼ਤ ਪੜੀ ਦੇ ਨਾਮ